ਸੈਲਰੀ ਨਹੀਂ ਹੈਗੀ। ਸੋ ਉਸ ਪੱਖੋਂ ਵੀ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੂੰ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਤਾਂ ਸਿਰਫ ਕੰਮ ਚਾਹੁੰਦੇ ਹਾਂ, ਕੰਮ ਸਾਨੂੰ ਮਿਲ ਜਾਵੇ ਅਤੇ ਅਸੀਂ ਉਸਨੂੰ ਲੋਕਾਂ ਦੀ ਸਰਵਿਸ ਦੇ ਉੱਤੇ ਲਾ ਦਿੱਤਾ ਜਾਵੇ। ਨਹੀਂ ਸਾਡਾ ਇਸ ਤਰ੍ਹਾਂ ਦਾ ਕੋਈ ਸਾਡੀ ਮੰਗ ਨਹੀਂ ਹੈਗੀ। ਸਾਡੇ BLE ਜਿਹੜੇ ਸਾਡੇ ਕੰਮ ਕਰ ਰਹੇ ਨੇ ਉਹਨਾਂ ਦੇ ਆਪਣੇ ਜਿੱਥੇ ਖੁਦ ਰੋਜ਼ਗਾਰ, ਜਿੱਥੇ ਕਿਸੇ ਦੀ ਦੁਕਾਨ ਹੈ, ਕੋਈ ਆਪਣੇ ਘਰੋਂ ਵੀ ਕਰ ਰਿਹਾ, ਇਹ ਕਿਤੋਂ ਵੀ ਕੰਮ ਕੀਤਾ ਜਾ ਸਕਦਾ। ਇਹਦੇ 'ਚ ਸਾਨੂੰ ਇਹ ਨਹੀਂ, ਅਸੀਂ ਮੰਗ ਰਹੇ ਕਿ ਸਾਨੂੰ ਸੇਵਾ ਕੇਂਦਰ ਜਿਹੜੇ ਬਣੇ ਉਹ ਸਾਨੂੰ ਉੱਤੇ ਬਿਠਾਇਆ ਜਾਵੇ, ਇਹ ਸਾਡੀ ਕੋਈ ਮੰਗ ਨਹੀਂ। ਜਿਹੜੇ ਉਹ ਚਾਰ ਚਾਰ ਪਿੰਡਾਂ ਦਾ ਇੱਕ ਇੱਕ ਸੇਵਾ ਕੇਂਦਰ ਬਣੇ ਆ, ਪਰ ਅਸੀਂ ਹਰੇਕ ਪਿੰਡ ਦੇ ਵਿੱਚ ਬੈਠੇ ਹਾਂ, ਹਰੇਕ ਪਿੰਡ ਦੇ ਵਿੱਚ, ਕਿਸੇ ਨੂੰ ਦੂਏ ਪਿੰਡ ਦੇ ਵਿੱਚ ਚੱਲ ਕੇ ਨਹੀਂ ਜਾਣਾ ਪਊਗਾ। ਪੂਰੇ ਪੰਜਾਬ ਦੇ ਵਿੱਚ ਨੀਅਰ ਅਬਾਊਟ 12,000 ਪਿੰਡ ਨੇ, ਪੰਚਾਇਤਾਂ ਨੇ, ਉਹਦੇ 'ਚ 6,000 ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਹੈਗੇ ਹਾਂ। ਜਿਸ ਤਰ੍ਹਾਂ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਜਿਹੜੇ ਬੇਰੁਜ਼ਗਾਰ ਨੇ ਸਾਡੇ, ਅਸੀਂ ਉਹਨਾਂ ਨੂੰ ਕੰਮ ਦੇਣਾ, ਅਸੀਂ ਸੁਝਾਅ ਦੇ ਰਹੇ ਹਾਂ ਪੰਜਾਬ ਸਰਕਾਰ ਨੂੰ ਵੀ ਵੀ ਜਿਹੜੇ 6,000 ਸਾਡੇ ਸੈਂਟਰ ਅਜੇ ਪੰਚਾਇਤਾਂ ਰਹਿੰਦੀਆਂ ਨੇ, 6,000 ਉਹਨਾਂ 'ਤੇ ਵੀ BLE ਪੁਆਇੰਟ ਕਰਕੇ ਉਹ ਪਿੰਡਾਂ ਦੇ ਵਿੱਚ ਵੀ ਸਰਕਾਰ ਉਹ 6,000 ਬੰਦਿਆਂ ਨੂੰ ਵੀ ਰੁਜ਼ਗਾਰ ਦੇ ਸਕਦੀ ਹੈ, ਜਿਹੜੇ ਇਸ ਟਾਈਮ ਰੁਜ਼ਗਾਰ ਜਿਹੜੇ ਕੰਮ ਕਰ ਰਹੇ ਨੇ ਸੇਵਾ ਕੇਂਦਰਾਂ ਦੇ ਵਿੱਚ। ਜਿਹੜੇ ਉਹ ਮੁੰਡੇ ਨੇ, ਅਸੀਂ ਥੋੜ੍ਹਾ ਟਾਈਮ ਲੈ ਕੇ ਅਸੀਂ ਵਾਅਦਾ ਕਰਦੇ ਹਾਂ ਵੀ ਜਿਹੜੇ ਉਹ ਮੁੰਡੇ ਬੇਰੁਜ਼ਗਾਰ ਹੋਣਗੇ ਅਸੀਂ ਉਹਨਾਂ ਨੂੰ ਵਾਪਸ ਆਪਣੇ ਸੈਂਟਰਾਂ 'ਤੇ ਵੀ ਰੱਖ ਲਾਂਗੇ, ਪਰ ਵੀ ਨੀਡ ਸਮ ਟਾਈਮ ਫੋਰ ਦੈਟ। CSC ਜੀ ਬੇਸਿਕਲੀ CSC ਦਾ ਫੁੱਲ ਫੋਰਮ ਹੈਗੀ ਕਾਮਨ ਸਰਵਿਸਿਸ ਸੈਂਟਰ, ਜਿਹੜੀ ਕਿ ਸਾਡੀ ਸੈਂਟਰਲ ਗੌਰਮੈਂਟ, ਜਿਹੜੇ ਸਾਡਾ ਉਹਨਾਂ ਦਾ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ, ਇਹਨਾਂ ਦਾ ਇੱਕ ਕਹਿ ਲਓ ਸਕੀਮ ਸੀਗੀ ਇਹਨਾਂ ਦੀ। ਇਹ ਬੇਸਿਕਲੀ ਇਟ ਇਜ਼ ਅ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਦੌਰਾਨ ਇਹ ਚਾਲੂ ਕੀਤੀ ਗਈ ਸੀਗੀ। ਇਹ ਸ਼ੁਰੂ ਕੀਤੀ ਸੀ 2006 ਦੇ ਵਿੱਚ, ਉਸ ਵੇਲੇ ਸਿਰਫ 80,000 CSC ਸੈਂਟਰ ਸੀਗੇ। ਜਦੋਂ ਇਹ ਸਾਡੀ ਦੂਜੀ ਸਰਕਾਰ, ਜਿਹੜੀ ਸਾਡੀ ਮੋਦੀ ਸਰਕਾਰ ਦੀ ਆਈ ਨੇ, ਉਹਨਾਂ ਨੇ ਫਿਰ ਜਦੋਂ ਇਹਦੇ ਉੱਤੇ ਵਰਕਆਊਟ ਕੀਤਾ ਵੀ ਅਸੀਂ ਕਿੱਦਾਂ ਵਧਾ ਸਕਦੇ ਹਾਂ, ਅਤੇ ਹੁਣ ਤਕਰੀਬਨ 3,00,000 CSC ਸੈਂਟਰ ਜਿਹੜੇ ਹੈਗੇ ਆ ਆਲ ਓਵਰ ਇੰਡੀਆ ਕੰਮ ਕਰ ਰਹੇ ਨੇ। ਪੰਜਾਬ ਦੇ ਵਿੱਚ ਤਕਰੀਬਨ ਇਹ 6,600 ਦੇ ਕਰੀਬ ਸੈਂਟਰ CSC ਚੱਲ ਰਹੇ ਨੇ। ਦੂਜਾ ਜਿਹੜਾ ਸਭ ਤੋਂ ਹੋਰ ਮੈਂ ਇਹਦੇ 'ਚ ਇੱਕ ਗੱਲ ਐਡ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਜਿੱਦਾਂ ਜਿਹੜੇ ਸੇਵਾ ਕੇਂਦਰ ਹੈਗੇ ਉਹ ਸਵੇਰੇ 9 ਵਜੇ ਖੁੱਲ੍ਹਦੇ ਨੇ ਅਤੇ ਸ਼ਾਮ ਨੂੰ 6 ਵਜੇ ਬੰਦ ਹੋ ਜਾਂਦੇ ਨੇ, ਠੀਕ ਹੈ। ਹੁਣ ਜੇ ਕੋਈ ਬੰਦਾ ਆਪਣਾ ਕੰਮ ਕਾਜ ਕਰਦਾ ਮੰਡੇ ਟੂ ਸੈਟਰਡੇ ਲਾ ਲਓ ਜਾਂ ਫਰਾਈਡੇ ਕੰਮ ਕਰ ਰਿਹਾ, ਉਹ ਉਹਨੂੰ ਕਦੀ ਛੁੱਟੀ ਲੈ ਕੇ ਜਾਂ ਵਿੱਚੋਂ ਹਾਫ ਡੇ ਲੈ ਕੇ ਕੰਮ ਵਾਸਤੇ ਆਉਣਾ ਪੈਂਦਾ। CSC ਸੈਂਟਰ ਜਿਹੜਾ ਇਹਦੇ ਵਿੱਚ ਇੱਦਾਂ ਦੀ ਟਾਈਮ ਲਿਮਿਟ ਕੋਈ ਨਹੀਂ ਹੈ, ਤੁਸੀਂ ਭਾਵੇਂ ਰਾਤ ਦੇ 9 ਵਜੇ ਆ ਜਾਓ, 7 ਵਜੇ ਆ ਜਾਓ, 8 ਵਜੇ ਆ ਜਾਓ, ਸਾਡੇ BLE ਜਿਹੜੇ ਹਰ ਵੇਲੇ ਇਹ ਕੰਮ ਨੂੰ ਕਰਨ ਵਾਸਤੇ, ਤੁਹਾਨੂੰ ਸਰਵਿਸਿਸ ਦੇਣ ਵਾਸਤੇ ਹਮੇਸ਼ਾ ਤਿਆਰ ਬੈਠੇ। ਸੋ ਟਾਈਮ ਲਿਮਿਟ ਦੀ ਵੀ ਕੋਈ ਉਹ ਨਹੀਂ ਹੈਗੀ। ਹਾਂਜੀ, ਜਿਹੜਾ ਗੌਰਮੈਂਟ ਦਾ ਤੁਹਾਨੂੰ ਆਧਾਰ ਕ੍ਰੀਏਟ ਹੋਣਾ ਪਤਾ ਹੋਏਗਾ ਨਾ, ਸੈਂਟਰ ਫੋਰਮ ਕਰਦੇ ਸਾਡਾ ਆਪਣਾ ਉਹਨਾਂ ਤੁਸੀਂ ਆਪਾਂ ਮੀਟਰ ਲਾਉਂਗੇ, ਜੇ ਉਹ ਸਾਡੇ ਕੋਲ ਬਿਨਾਂ ਟਾਈਮ ਦੇ ਬੰਦਾ ਰਾਤ ਨੂੰ ਆਉਂਦਾ, ਫਿਰ ਤਾਂ ਤੁਸੀਂ ਵੱਡਾ ਸਮਾਂ ਦਾ ਪਤਾ ਨਹੀਂ ਹੁੰਦਾ। ਸਾਡਾ ਜਿਹੜਾ ਫੀਸ ਸਟਰਕਚਰ ਹੈਗਾ ਉਹ ਸਾਡਾ CSC ਦਾ ਉਹ ਪਹਿਲੇ ਤੋਂ ਗੌਰਮੈਂਟ ਨੇ ਹੀ ਸੈੱਟ ਕੀਤਾ ਹੋਇਆ ਫੀਸ ਸਟਰਕਚਰ ਸਾਡਾ ਗੌਰਮੈਂਟ, ਔਰ ਸਾਡਾ ਜਿਹੜਾ ਹੁਣ ਇਸ ਵੇਲੇ ਜੋ ਸਾਡਾ ਅੱਜ ਦਾ ਵੀ ਜਿਹੜਾ ਮਕਸਦ ਆਉਣ ਦਾ ਇਹ ਹੈ ਕਿ ਜਿਹੜਾ ਸੇਵਾ ਕੇਂਦਰਾਂ ਵਿੱਚ ਜੋ ਫੀਸ ਸਟਰਕਚਰ ਉਹਨਾਂ ਨੂੰ ਦਿੱਤਾ ਸੀਗਾ, ਅਸੀਂ ਤਾਂ ਕਹਿੰਦੇ ਭਾਵੇਂ ਉਹ ਵੀ ਨਾ ਦਿੱਤਾ ਜਾਵੇ, ਗੌਰਮੈਂਟ ਹੁਣ ਨਵੇਂ ਤਰੀਕੇ ਨਾਲ ਸਾਡੇ ਨਾਲ ਜੁੜਨ ਵਾਸਤੇ ਜੋ ਹੁਣ ਉਹ ਦਾਇਰਾ ਤਿਆਰ ਕਰਨਗੇ ਵੀ ਫਲਾਨੇ ਸਰਵਿਸ ਦਾ ਇਹ ਚਾਰਜਿਸ ਹੋਣਗੇ, ਅਸੀਂ ਉਹਦੇ 'ਤੇ ਵੀ ਕੰਮ ਕਰਨ ਨੂੰ ਤਿਆਰ ਰਹੇਗੇ। ਸਾਨੂੰ ਉਹਦੇ 'ਚ ਕੋਈ ਜਿੱਦਾਂ ਦੀ ਕੋਈ ਸਾਡੀ ਕੋਈ ਮੰਗ ਨਹੀਂ ਹੈ। ਜਿਹੜਾ ਪੁਆਇੰਟ ਅਸੀਂ ਇਹਦੇ ਵਿੱਚ ਵੀ ਲਿਖਿਆ, ਉਹ ਪੁਆਇੰਟ ਦੇ ਵਿੱਚ ਵੀ ਲਿਖਿਆ, ਇਹਦੇ 'ਚ ਇਹ ਸਾਰਾ ਡਿਜੀਟਲ ਸਿਸਟਮ ਹੈ ਜੀ ਸਾਰਾ ਇਹ, ਇਹਦੇ 'ਚ ਜੇ ਅਸੀਂ ਕੋਈ ਵੀ ਕੰਮ ਕਰਦੇ ਹਾਂ CSC ਦਾ, ਕੋਈ ਸਾਡੇ ਤੋਂ ਕੋਈ ਸਰਵਿਸ ਲੈ ਰਹੇ ਹਾਂ, ਉਹਦੀ ਡਿਜੀਟਲ ਸਲਿੱਪ ਨਿਕਲਦੀ ਹੈ, ਉਹਦੇ ਤੋਂ ਕੋਈ ਵੀ ਮਤਲਬ ਜ਼ਿਆਦਾ ਚਾਰਜ ਨਹੀਂ ਕਰ ਸਕਦਾ।
ਜੇ ਇਹਦਾ ਕੋਈ ਚਾਰਜ ਕਰਦਾ ਇਹਨਾਂ ਦੇ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਮੈਨੇਜਰ ਨੇ, ਤੁਸੀਂ ਉਹਨਾਂ ਨੂੰ ਸ਼ਿਕਾਇਤ ਕਰ ਸਕਦੇ ਹੋ? ਸਭ ਅੱਜ ਕੱਲ੍ਹ ਇਹੋ ਜਿਹਾ ਕੁਛ ਤੇ ਕੁਛ ਬਣਾ ਦਿੰਦੇ ਟੀਚਰ ਆ ਕੇ ਟੈਕਨੋਲੋਜੀ ਮਸ਼ੀਨਾਂ ਨਾਲ ਬੈਠ ਕੇ ਕੰਮ ਕਰਦੇ ਸੀਗੇ, ਗੌਰਮੈਂਟ ਨੇ ਕਿਉਂਕਿ ਇਹ ਲੀਕ ਹੋਇਆ ਉਹਨੂੰ ਸੇਫਟੀ ਵਾਸਤੇ ਲੋਕਾਂ ਦੀ, ਉਹਨਾਂ ਨੇ ਕਿਹਾ ਵੀ ਕੰਮ ਅਸੀਂ ਬੰਦ ਨਹੀਂ ਕਰ ਰਹੇ, ਬਟ ਅਸੀਂ ਸਿਰਫ ਤੁਹਾਨੂੰ ਸ਼ਿਫਟ ਕਰ ਰਹੇ ਹਾਂ ਵੀ ਤੁਸੀਂ ਬੈਂਕਾਂ ਦੇ ਵਿੱਚ ਜਾਂ ਪੋਸਟ ਆਫਿਸ ਵਿੱਚ, ਅਸੀਂ ਤੁਹਾਨੂੰ ਉੱਥੇ ਜਗ੍ਹਾ ਮਿਲੇਗੀ ਤੇ ਜਿਹੜਾ ਆਧਾਰ ਬਣਾਉਣ ਵਾਲਾ ਓਪਰੇਟਰ ਜਾਂ ਸੁਪਰਵਾਈਜ਼ਰ ਹੈਗਾ ਜਿਹਦੇ ਕੋਲ, ਉਹ ਉੱਥੇ ਜਾ ਕੇ ਕੰਮ ਕਰ ਸਕੇ। ਸੋ ਹੁਣ ਮੈਂ ਬਹੁਤ ਸਾਰੇ ਇੱਦਾਂ ਦੇ ਬੈਂਕ ਹੈਗੇ ਪੰਜਾਬ ਦੇ ਵਿੱਚ ਜਿਹਨਾਂ 'ਚ ਸੀ ਐੱਸ ਸੀ ਦਾ ਹੀ ਬੰਦਾ ਉੱਥੇ ਬੈਠ ਕੇ ਆਧਾਰ ਕਾਰਡ ਬਣਾ ਰਿਹਾ। ਹਾਂਜੀ ਇਸ ਕਰਕੇ ਕਿਉਂ ਹੋ ਰਿਹਾ ਕਿਉਂਕਿ ਜਿਹੜੇ ਕਈ ਬੈਂਕ ਹੈਗੇ ਆ, ਕਈ ਪੋਸਟ ਆਫਿਸ ਹੈਗੇ, ਉਹਨਾਂ ਨੇ ਸੀ ਐੱਸ ਸੀ ਚਲੋ ਆਪਾਂ ਇਸ ਗੱਲ ਨੂੰ ਸੀ ਐੱਸ ਸੀ ਨਾਲ ਲਈਏ, ਸਿੰਪਲ ਗੱਲ ਕਰੀਏ ਕਿ ਜੇ ਉਹਨਾਂ ਨੇ ਆਧਾਰ ਸੈਂਟਰ ਆਪਣੇ ਉੱਥੇ ਖੋਲ੍ਹਣੇ, ਉਹਨਾਂ ਦਾ ਵੀ ਇਨਫਰਾਸਟ੍ਰਕਚਰ, ਉਹਨਾਂ ਦਾ ਵੀ ਖਰਚਾ ਵੱਧ ਰਿਹਾ ਬੈਂਕਾਂ ਵਾਲਿਆਂ ਦਾ। ਇਸ ਕਰਕੇ ਉਹ ਕੁਛ ਬੈਂਕਾਂ ਨੇ ਤਾਂ ਮਨਾ ਹੀ ਕਰ ਦਿੱਤਾ ਹੈਗਾ, ਗੌਰਮੈਂਟ ਨੂੰ ਕਹਿ ਦਿੱਤਾ ਵੀ ਅਸੀਂ ਨਹੀਂ ਕਰ ਸਕਦੇ, ਸਾਡਾ ਉੱਪਰਲਾ ਖਰਚਾ ਅਸੀਂ ਬੀਅਰ ਨਹੀਂ ਕਰ ਸਕਦੇ, ਤੁਸੀਂ ਹੋਰ ਕੋਈ ਤਰੀਕਾ ਹੈ ਤਾਂ ਦੇਖ ਲਓ। ਹੋ ਕੀ ਰਿਹਾ ਉਹਦੇ ਨਾਲ, ਇੰਨੇ ਸਾਰੇ ਆਧਾਰ ਕਾਰਡ ਹਲੇ ਕੁਰੈਕਸ਼ਨ ਵਿੱਚ ਹੈਗੇ ਆ ਜਿਹੜੇ ਕਿ ਪੂਰੇ ਹੋਣੇ, ਲੋਕਾਂ ਨੂੰ ਲਾਈਨਾਂ ਦੇ ਵਿੱਚ ਹਲੇ ਵੀ ਲੱਗ ਰਹੇ ਨੇ, ਤੇ ਸਾਨੂੰ ਇਹ ਸੁਣਨ ਚ ਆ ਰਿਹਾ ਕਿ ਫਿਰ ਦੁਬਾਰਾ ਸੀ ਐੱਸ ਸੀ ਸੈਂਟਰਾਂ ਦੇ ਉੱਤੇ ਹੀ, ਜਿੱਥੇ ਸੀ ਐੱਸ ਸੀ ਸੈਂਟਰ ਹੈਗਾ ਉੱਥੇ ਆਧਾਰ ਕਾਰਡ ਦੀ ਸਰਵਿਸ ਫਿਰ ਤੋਂ ਸ਼ੁਰੂ ਕੀਤੀ ਜਾ ਸਕਦੀ। ਗੱਲ ਕੀਤੀ ਹੈ ਇੰਪਲਾਈ ਜਿਹੜੇ ਆਲਰੇਡੀ ਕੰਮ ਕਰਦੇ, ਤੁਸੀਂ ਗੌਰਮੈਂਟ ਦਾ ਸਕੇਲ ਦੇਣਗੇ ਸਰ? ਜਿਵੇਂ ਜੋ ਸਰਕਾਰ ਨੂੰ ਦਿੰਦੀ ਹੈ ਜਾਂ ਦੇਣਗੇ ਉਹਦੇ ਬਣਦੇ ਹੈ ਕਰਦੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹਨਾਂ ਨੂੰ ਵਾਪਸ ਇਹਨਾਂ ਦੇ ਵਿੱਚ ਕੰਮ ਅਸੀਂ ਤੇ ਰੱਖ ਲਾਂਗੇ। ਉਹਨਾਂ ਤੁਸੀਂ ਕਿਵੇਂ ਰਿਸਪੋਂਸੀਬਿਲਟੀ ਲੈਣੀ ਕਿ ਉਹ ਯੂਜਰਸ ਨਹੀਂ ਬਣੇ ਜੀ ਆਧਾਰ ਕਾਰਡ ਮੰਗਦੇ?
ਇਨਫਰਾਸਟ੍ਰਕਚਰ ਪਿੱਛੋਂ ਆਈ ਟੀ ਸੈਕਟਰ ਦਾ ਜਿਹੜਾ ਡਿਪਾਰਟਮੈਂਟ ਹੈ ਇਹ ਉਹਨਾਂ ਦੇ ਕੋਲ ਹੈ ਕਿਉਂਕਿ ਅਸੀਂ ਸਿਰਫ ਇੱਕ ਫੈਸਿਲੀਟੇਟਰ ਹੈਗੇ ਹਾਂ ਸਾਡੇ ਕੋਲ ਤਾਂ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਵੀ ਅਸੀਂ ਕੋਈ ਹੁਣ ਕੋਈ ਮੰਨ ਲਓ ਕੋਈ ਕਹਿੰਦਾ ਵੀ ਆਹ ਮੇਰਾ ਆਈਡੈਂਟੀ ਪਰੂਫ ਹੈ ਜਾਂ ਮੇਰਾ ਐਡਰੈਸ ਪਰੂਫ ਹੈਗਾ ਅਸੀਂ ਸਿਰਫ ਜਿਹੜੀ ਸਾਡੇ ਨਾਲ ਸਾਨੂੰ ਲਿਸਟ ਪ੍ਰੋਵਾਈਡ ਕੀਤੀ ਹੋਈ ਹੈ ਯੂ ਆਈ ਡੀ ਆਈ ਵਾਲਿਆਂ ਨੇ ਕਿ ਤੁਸੀਂ ਇਹਨਾਂ ਵਿੱਚੋਂ ਹੀ ਲੈ ਕੇ ਕੋਈ ਤੁਸੀਂ ਇਹਨਾਂ ਦੀ ਅਪਲੋਡ ਕਰਨੇ ਹੈਗੇ ਪਰ ਸਾਨੂੰ ਕੀ ਪਤਾ ਉਹ ਬੰਦੇ ਨੇ ਉਹ ਆਈਡੈਂਟੀਫਿਕੇਸ਼ਨ ਕਿਆ ਉਹਦੀ ਵੈਲਿਡ ਹੈ ਜਾਂ ਉਹਨੇ ਕੋਈ ਦੋ ਨੰਬਰ ਤੋਂ ਬਣਾਈ ਹੈ ਔਰ ਸਾਡੇ ਕੋਲ ਵੈਰੀਫਿਕੇਸ਼ਨ ਕਰਨ ਦਾ ਕੋਈ ਹੱਕ ਨਹੀਂ ਹੈ ਮੈਂ ਆਪਣਾ ਬੈਂਕ ਦਾ ਕਰਾ ਦੋ ਮੈਨੂੰ ਪੈਸੇ ਦਿਓ ਬਈ ਤੁਸੀਂ ਬੈਂਕ ਪੈਸੇ ਕਢਾ ਸਕਦੇ ਹੋ ਦੱਸਦੇ ਮੇਰਾ ਤਾਂ ਦੋਵਾਂ ਤਾਂ ਹੀ ਹੋਊਗਾ ਉਹ ਵੀ ਤਾਂ ਲੀਕ ਹੋ ਸਕਦਾ ਮੇਰਾ ਨਹੀਂ ਸਰ ਉਹਦੇ 'ਤੇ ਇਹੋ ਜਿਹਾ ਕੁਛ ਨਹੀਂ ਸਾਡਾ ਜਿਹੜਾ ਸਰ ਫਿੰਗਰ ਪ੍ਰਿੰਟ ਵਾਲਾ ਤੁਸੀਂ ਫਿੰਗਰ ਪ੍ਰਿੰਟ ਲਾਵੋਗੇ ਸਾਡਾ ਤੁਹਾਡੇ ਕੋਲ ਕੁਛ ਨਹੀਂ ਹੈ ਫਿੰਗਰ ਪ੍ਰਿੰਟ ਲਾਇਆ ਤੁਹਾਡਾ ਉਹਨਾਂ ਦੇ ਸਿਸਟਮ ਨਾਲ ਹੀ ਕਨੈਕਟ ਹੈ ਸਾਡੇ ਕੋਲ ਤਾਂ ਕੋਈ ਪੇਪਰ ਵਗੈਰਾ ਈਵਨ ਕਿ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਇੰਨੀ ਜ਼ਿਆਦਾ ਹੁਣ ਪਹਿਲੇ ਜਿੱਦਾਂ ਆਧਾਰ ਕਾਰਡ ਥੋੜ੍ਹੀ ਜਿਹੀ ਲਾਇਬਿਲਟੀ ਨਾ ਵੀ ਬੰਦਾ ਫਲੈਕਸੀਬਲ ਜਿਹਾ ਹੁੰਦਾ ਸੀ ਹੁਣ ਤਾਂ ਜੇ ਉੱਥੇ ਜੀ ਪੀ ਐਸ ਲਾਇਆ ਹੋਇਆ ਇਹਨਾਂ ਨੇ ਹੁਣ ਬੈਂਕਾਂ ਦੇ ਵਿੱਚ ਜਿੱਥੇ ਆਧਾਰ ਵਾਲਾ ਬੰਦਾ ਬੈਠਾ ਜੇ ਉੱਠਦਾ ਨਾ ਉਸੇ ਵੇਲੇ ਬਲੌਕ ਹੋ ਜਾਂਦਾ ਮਤਲਬ ਉਹ ਆਪਣੇ ਕਈ ਵਾਰ ਜੇ ਆਪਣੇ ਉਸ ਸੈਂਟਰ ਨੂੰ ਚੱਕ ਕੇ ਕਿਤੇ ਹੋਰ ਵੀ ਨਹੀਂ ਬੈਠ ਸਕਦਾ ਉਹਨੂੰ ਉੱਥੇ ਹੀ ਬੈਠਣਾ ਪਏਗਾ ਜਿੱਥੇ ਹੈਗਾ ਸੋ ਇਹ ਗੌਰਮੈਂਟ ਨੇ ਕਈ ਹੋਰ ਨਵੀਆਂ ਨਵੀਆਂ ਇਹਦੇ 'ਚ ਸਿਕਿਉਰਟੀ ਜਿਹੜੀਆਂ ਕਰਨ ਵਾਸਤੇ ਤਾਂ ਕਿ ਡਾਟਾ ਲੀਕ ਨਾ ਹੋਵੇ ਉਹ ਕੀਤਾ ਹੋਇਆ ਇਹਨਾਂ ਨੇ ਬਾਕੀ ਜਿਹੜੀ ਇੱਕ ਹੋਰ ਮੈਂ ਇਹਦੇ 'ਚ ਐਡ ਕਰਨਾ ਚਾਹੁੰਦਾ ਜਿਹੜੀ ਅਸੀਂ ਆਪਣੀ ਮੰਗ ਰੱਖ ਰਹੇ ਹੈਗੇ ਪੰਜਾਬ ਸਰਕਾਰ ਦੇ ਵੱਲੋਂ ਸੇਵਾ ਕੇਂਦਰ ਦੇ ਦੇ ਹਿਸਾਬ ਦੇ ਨਾਲ ਕਿ ਜਿੱਦਾਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਿਹੜੇ ਆਪਣੇ ਬਜ਼ੁਰਗ ਨੇ ਜਿਹੜੇ ਘਰੋਂ ਨਹੀਂ ਜਾ ਸਕਦੇ ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਕੰਮ ਕਰਾ ਸਕਦੇ ਸਾਡੇ ਬੀ ਐਲ ਈ ਇੱਦਾਂ ਦੇ ਵੀ ਸਾਡੇ ਕੋਲ ਕਈ ਇਗਜ਼ਾਮਪਲ ਹੈਗੀਆਂ ਜਿਨ੍ਹਾਂ ਨੇ ਖੁਦ ਉੱਠ ਕੇ ਆਪਣੇ ਸੈਂਟਰਾਂ ਤੋਂ ਉਹਨਾਂ ਦੇ ਘਰ ਜਾ ਕੇ ਕਈਆਂ ਨੂੰ ਪੈਨਸ਼ਨਾਂ ਦਿੱਤੀਆਂ ਕਈਆਂ ਨੂੰ ਕੋਈ ਹੋਰ ਕੰਮ ਹੋਵੇ ਕਈਆਂ ਦੇ ਆਧਾਰ ਕਾਰਡ ਉਹਨਾਂ ਦੇ ਘਰ ਜਾ ਕੇ ਬਣਾਏ ਨੇ ਸੋ ਇਸ ਤਰ੍ਹਾਂ ਦਾ ਇਹ ਕੰਮ ਜਿਹੜਾ ਸੇਵਾ ਕੇਂਦਰ ਨਹੀਂ ਦੇ ਸਕਦਾ ਕਿਉਂਕਿ ਸੇਵਾ ਕੇਂਦਰ ਵੀ ਤੁਹਾਨੂੰ ਆਉਣਾ ਪਏਗਾ ਇੱਥੇ ਬੀ ਐਲ ਈ ਖੁਦ ਉੱਠ ਕੇ ਤੁਹਾਡੇ ਘਰ ਪਹੁੰਚਦਾ ਸੋ ਇਸ ਤਰ੍ਹਾਂ ਦੀ ਵੀ ਇਹ ਸਰਵਿਸ ਜਿਹੜੀ ਉਹ ਵੀ ਹਰ ਬੰਦਾ ਆਪਣੇ ਘਰ ਵਿੱਚ ਸਰਵਿਸ ਚਾਹੁੰਦਾ ਕਿ ਮੈਨੂੰ ਆਪਣੇ ਘਰ ਵਿੱਚ ਔਨ ਸਟੋਰ ਮਿਲੇ ਇਹ ਚੀਜ਼ ਹੈ ਜੋ ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਜੋ ਡਿਸਾਈਡ ਕਰਦੇ ਕੀ ਦੇ ਰਹੀ ਹੈ ਕਿਸ ਤਰ੍ਹਾਂ ਪਹਿਲਾਂ ਚਾਰਜਿਸ ਮਿਲ ਰਹੇ ਹੈ।